ਇਸ ਪ੍ਰਯੋਗ ਵਿੱਚ ਤੁਸੀਂ ਬਿਜਲੀ ਬਣਾਓਗੇ ਅਤੇ ਉਹ ਵੀ ਪਾਣੀ ਦੇ ਵਹਾਅ ਤੋਂ। ਹੁਣ ਇਸ ਲਈ ਮਲਟੀਮੀਟਰ, ਮਲਟੀਵੋਲਟਸ, ਪਲਾਸਟਿਕ ਟਿਊਬਸ, ਕਾਪਰ ਵਾਇਰ, ਖਾਲੀ ਗਲਾਸ ਟਿਊਬ ਜੋ ਗਲਾਸ ਗ੍ਰੈਨੂਅਲਸ ਅਤੇ ਬੀਡਸ ਨਾਲ ਭਰੀਆਂ ਹੋਣਗੀਆਂ ਉਹ ਚਾਹੀਦੀਆਂ ਹਨ। ਇਸ ਦੇ ਅਖੀਰ ਨੂੰ ਕਾਪਰ ਵਾਇਰ ਨਾਲ ਸੀਲ ਕਰ ਦਿਓ ਤਾਂ ਜੋ ਪਾਣੀ ਫਲੋ ਕਰ ਸਕੇ ਅਤੇ ਗਲਾਸ ਬੀਡਸ ਨਾ ਕਰ ਸਕਣ। ਹੁਣ ਪਲਾਸਟਿਕ ਟਿਊਬਸ ਦੇ ਦੋਵੇਂ ਪਾਸੇ ਗਲਾਸ ਟਿਊਬ ਇਨਸਰਟ ਕਰ ਦਿਓ। ਕਾਪਰ ਵਾਇਰ ਇਲੈਕਟ੍ਰੋਡਸ ਦਾ ਕੰਮ ਕਰਨਗੇ। ਹੁਣ ਇੱਕ ਸਰਿੰਜ ਵਿੱਚ 20 ml ਪਾਣੀ ਭਰ ਲਓ ਅਤੇ ਪਲਾਸਟਿਕ ਟਿਊਬ ਨਾਲ ਕਨੈਕਟ ਕਰ ਦਿਓ। ਹੁਣ ਜੋੜ ਦਿਓ ਦੋਵੇਂ ਕਾਪਰ ਵਾਇਰ ਇਲੈਕਟ੍ਰੋਡਸ ਨੂੰ ਮਲਟੀਮੀਟਰ ਨਾਲ। ਹੁਣ ਹੌਲੀ ਹੌਲੀ ਪਾਣੀ ਟਿਊਬਸ ਵਿੱਚ ਪਾਓ। ਜਿਵੇਂ ਪਾਣੀ ਟਿਊਬਸ ਵਿੱਚ ਟਰੈਵਲ ਕਰੇਗਾ ਜਾਂ ਫਲੋ ਕਰੇਗਾ ਤਾਂ ਤੁਸੀਂ ਦੇਖੋਗੇ ਕਿ ਇਲੈਕਟ੍ਰੀਕਲ ਪੋਟੈਂਸ਼ੀਅਲ ਵੀ ਬਿਲਡ ਹੋ ਰਿਹਾ ਹੈ ਦੋਵੇਂ ਇਲੈਕਟ੍ਰੋਡਸ ਦੇ ਅਖੀਰ ਵਿੱਚ। ਜਿਵੇਂ ਜਿਵੇਂ ਪਾਣੀ ਦਾ ਫਲੋ ਵਧੇਗਾ ਉਵੇਂ ਉਵੇਂ ਪੋਟੈਂਸ਼ੀਅਲ ਵੀ ਵੱਧ ਜਾਵੇਗਾ। ਜਿੰਨਾ ਵੱਧ ਫਲੋ ਹੋਵੇਗਾ ਉਨਾ ਵੱਧ ਪੋਟੈਂਸ਼ੀਅਲ ਵੀ। ਜਦੋਂ ਤੁਸੀਂ ਪਾਣੀ ਦੀ ਫਲੋ ਘੱਟ ਕਰ ਦਿੱਤਾ ਤਾਂ ਪੋਟੈਂਸ਼ੀਅਲ ਦਾ ਫਲੋ ਵੀ ਨੈਗੇਟਿਵ ਹੋਵੇਗਾ। ਪੋਟੈਂਸ਼ੀਅਲ ਡਿਫਰੈਂਸ ਇਹ ਹੈ ਕਿ ਚੱਲਦਾ ਪਾਣੀ ਆਪਣੇ ਨਾਲ ਆਇਓਨਸ ਵੀ ਕੈਰੀ ਕਰਦਾ ਹੈ ਜੋ ਗਲਾਸ ਗ੍ਰੈਨੂਅਲਸ ਨਾਲ ਜੁੜੇ ਹੁੰਦੇ ਹਨ।